ਗੱਤ੍ਰੇ ਕਾਲ ਜੀ ਮੈਂ ਗੁਰਪ੍ਰੀਤ ਸਿੰਘ ਡਬੜੀ ਖਾਨਾ ਤੇ ਅੱਜ ਪੰਜਾਬ ਚ ਤੁਹਾਨੂੰ ਦਿਖਾਉਣ ਲੱਗਾ ਕੈਨੇਡਾ ਵਰਗਾ ਮਾਹੌਲ ਆਪਣੇ ਪੰਜਾਬੀ ਜਿਹੜੇ ਕੈਨੇਡਾ ਚ ਐ ਤੇ ਉਹ ਨਾ ਅਕਸਰ ਹੀ ਵੀਡੀਓ ਵੀਡੀਓ ਪਾਉਂਦੇ ਰਹਿੰਦੇ ਆ ਵੀ ਅਸੀਂ ਚੱਲੇ ਆ ਕੰਮ ਤੇ ਤੇ ਬਈ ਸਵਾਲ ਇਹ ਆ ਕਿ ਕੰਮ ਕੱਲਾ ਕੈਨੇਡਾ ਚ ਹੀ ਰਹਿ ਗਿਆ ਪੰਜਾਬ ਚੋਂ ਕੰਮ ਮੁੱਕ ਗਿਆ ਵੀ ਸਾਨੂੰ ਕੰਮ ਤੇ ਜਾਣ ਵਾਸਤੇ ਪਹਿਲਾਂ ਕੈਨੇਡਾ ਜਾਣਾ ਪੈਂਦਾ ਆਪਾਂ ਪਿੰਡ ਫਰਵਾਈ ਜ਼ਿਲ੍ਹਾ ਬਰਨਾਲਾ ਚ ਮੌਜੂਦ ਆ ਇਸ ਵੇਲੇ ਤੇ ਇੱਕ ਨਾ ਵੱਖਰੇ ਜੇ ਢੰਗ ਦੀ ਬਾਈ ਨੇ ਖੇਤੀ ਕੀਤੀ ਹੋਈ ਆ ਕੁਦਰਤੀ ਖੇਤੀ ਆ 5.5 ਏਕੜ ਦਾ ਖੇਤ ਆ ਤੇ ਲੇਬਰ ਜਿਹਨੂੰ ਕਹਿੰਦੇ ਆ ਵੀ ਬੰਦਾ ਬੰਦਾ ਕੋਈ ਰੱਖਿਆ ਨਹੀਂ ਹੋਇਆ 5.5 ਏਕੜ ਬਾਈ ਆਪ ਹੀ ਸੰਭਾਲਦਾ ਉਹਦੇ ਵਿੱਚੋਂ ਵੀ ਜੇ ਤੁਹਾਨੂੰ ਦਿਖਾਵਾਂ ਤਾਂ ਉਹ ਸਾਹਮਣੇ ਜਿਹੜਾ ਦਿਖ ਰਿਹਾ ਇੱਕ ਕਿਲਾ ਜਿਹੜਾ ਹੈਗਾ ਨਾ ਉਹ ਦਰਖਤਾਂ ਦਾ ਭਰਿਆ ਹੋਇਆ ਜੰਗਲ ਦੇ ਤੌਰ ਤੇ ਉਹਨੂੰ ਡਿਵੈਲਪ ਕੀਤਾ ਫੂਡ ਫੋਰੈਸਟ ਆ ਉਹ ਸਾਡਾ ਇਹ ਜਿਹੜਾ ਫੂਡ ਫੋਰੈਸਟ ਆ ਇਹਦੇ ਵਿੱਚੋਂ ਇਹਨਾਂ ਦੇ ਪਰਿਵਾਰ ਦੀ ਲੋੜ ਦੇ ਸਾਰੇ ਫਰੂਟ ਰੁੱਤ ਮੁਤਾਬਕ ਇਹ ਹਾਸਲ ਕਰਦੇ ਰਹਿੰਦੇ ਆ ਤੇ ਇੱਧਰ ਸਾਹਮਣੇ ਜਿਹੜਾ ਖੇਤ ਦੇਖ ਰਹੇ ਹੋ ਤੁਸੀਂ ਦਰਖਤਾਂ ਵਾਲਾ ਇਹਨੂੰ ਵੀ ਉਸੇ ਮਾਡਲ ਤੇ ਡਿਜ਼ਾਈਨ ਅਤੇ ਡਿਵੈਲਪ ਕੀਤਾ ਜਾ ਰਿਹਾ ਤੇ ਇਹ ਨਾ ਇਸ ਵੇਲੇ ਬੈਂਗਣਾ ਦੀ ਤੋੜਾਈ ਚੱਲਦੀ ਪਈ ਆ ਤੇ ਬਾਹੀ ਰਵਦੀਪ ਸਿੰਘ ਫਰਵਾਹੀ ਜਿਹੜੇ ਇਸ ਖੇਤ ਦੇ ਮਾਲਕ ਕਹਿ ਲਓ ਸੇਵਕ ਕਹਿ ਲਓ ਉਹ ਆਪਣੇ ਨਾਲ ਮੌਜੂਦ ਨੇ ਕੰਮ ਦਾ ਟਾਈਮ ਆ ਫੇਰ ਵੀ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਰਤਾਰ ਕੁਦਰਤੀ ਖੇਤੀ ਫਾਰਮ ਫਰਵਾਹੀ ਜ਼ਿਲ੍ਹਾ ਬਰਨਾਲਾ ਸਸੀਗਾਲ ਬਾਈ ਜੀ ਸਸੀਗਾਲ ਜੀ ਮੈਂ ਤਾਂ ਸੁਣਿਆ ਸੀ ਵੀ ਕੱਲੇ ਕੈਨੇਡਾ ਵਾਲੇ ਹੀ ਕੰਮ ਤੇ ਜਾਂਦੇ ਆ ਤੇ ਇੱਥੇ ਤੁਸੀਂ ਕਿਵੇਂ ਕੰਮ ਤੇ ਹੋਏ ਫਿਰਦੇ ਆ ਤੜਕੀ ਕੰਮ ਤਾਂ ਕਰਨ ਤੇ ਆ ਹੂੰ ਜਿ세 ਮਰਜ਼ੀ ਕਰ ਲੋ ਜੀ ਜਿੰਨਾ ਸੀ ਕਨੇਡਾ 'ਚ ਕੰਮ ਕਰਦੇ ਜੇ ਇੱਥੇ ਕਰ ਲਾਂਗੇ ਇੱਥੇ ਜ਼ਿਆਦਾ ਆ ਤੇ ਬਹੁਤ ਸਾਰੇ ਲੋਕ ਆ ਉਹ ਮੈਨੂੰ ਕਹਿੰਦੇ ਆ ਵੀ ਇਹ ਗੱਲਾਂ ਹੀ ਆ ਵੀ ਜਿਹੜੇ ਡਾਲਰ ਉੱਥੇ ਮਿਲਦੇ ਆ ਉਹਨੇ ਪੈਸੇ ਇੱਥੇ ਉਨਾ ਕੰਮ ਕਰਕੇ ਨਹੀਂ ਬਣਦੇ ਹੁਣ ਇਹਦਾ ਮੇਰੇ ਕੋਲੇ ਕੋਈ ਜਵਾਬ ਹੈ ਨਹੀਂ ਤੇ ਤੁਸੀਂ ਭਾਈ ਸਾਢੇ ਪੰਜ ਕਿੱਲੇ ਕਰਦੇ ਆ ਕੁਦਰਤੀ ਕੀਤੀ ਹਾਂਜੀ ਤੇ ਸਾਰਾ ਸਮਾ ਖੇਤ ਨੂੰ ਦਿੰਨੇ ਆ ਬਿਲਕੁਲ ਤੇ ਹੁਣ ਆ ਜਿਹੜੀ ਇੰਨੀ ਸੋਹਣੀ ਪ੍ਰੋਡਕਸ਼ਨ ਆ ਇਹ ਉੱਤਰ ਦੀ ਪਈ ਆ ਤੇ ਤੁਸੀਂ ਚਾਰ ਪੰਜ ਚੀਜ਼ਾਂ ਆਪਣੇ ਖੇਤ ਚ ਹੋਰ ਵੀ ਤੋੜਨੀਆਂ ਹਾਂਜੀ ਅਸਲ ਚ ਅਸੀਂ ਨਾ ਸ਼ਨੀਵਾਰ ਨੂੰ ਜਿਹੜੀ ਇੱਕ ਦੁਕਾਨ ਲਾਉਣੀ ਆ ਉਹ ਅੱਜ ਉਹਦੀ ਤਿਆਰੀ ਚੱਲ ਰਹੀ ਆ ਤੇ ਉਹਦੇ ਵਾਸਤੇ ਸਮਾਨ ਟੋੜਿਆ ਜਾ ਰਿਹਾ ਵੈਸੇ ਕਿਉਂਕਿ ਬੈਂਗਣਾ ਦੀ ਫਸਲ ਹੈ ਹੁਣ ਠੰਡ ਕਰਕੇ ਥੋੜਾ ਜਿਹਾ ਖੜ ਗਈ ਹੈ ਇਹ ਹੂੰ ਪਿਛਲੇ 15 ਦਿਨਾਂ ਤੋਂ ਇਹਦਾ ਹੁਣ ਇੱਕ ਤਰ੍ਹਾਂ ਦੇ ਜਿੱਡੇ ਫਰੂਟ ਹੈਗੇ ਓਡੇ ਕੀ ਲੱਗੇ ਹੋਏ ਨੇ ਪਤਾ ਨਹੀਂ ਰਹੇ ਹੁਣ ਜਦੋਂ ਮੌਸਮ ਖੁੱਲੂਗਾ ਲੋਹੜੀ ਤੋਂ ਬਾਅਦ ਫੇਰ ਇਹਨੇ ਇੱਕਦਮ ਉੱਠਣਾ ਫੇਰ ਇੱਕਦਮ ਉੱਠਣਾ ਫੇਰ ਹਾਂਜੀ ਹਾਂ ਤੇ ਭਾਈ ਜਿਹੜੀ ਆਪਾਂ ਕੰਮ ਵਾਲੀ ਗੱਲ ਕਰਦੇ ਸੀ ਤਾਂ ਤੁਸੀਂ ਵੀ ਕੰਮਤੇ ਹੋ ਪਰ ਤੁਹਾਡਾ ਫਰਕ ਤੇ ਮੇਰਾ ਫਰਕ ਲੋਕਾਂ ਨਾਲ ਉਹ ਇਹ ਹੈ ਕਿ ਅਸੀਂ ਆਪੋ ਆਪਣੇ ਕੰਮ ਤੇ ਆ ਕਿਸੇ ਦੇ ਕੰਮ ਤੇ ਨਹੀਂ ਹੈਗੇ ਕਿਸੇ ਦੇ ਕੰਮ ਇਹਦੇ ਚ ਕੀ ਫਰਕ ਹੈ ਕੀ ਕਹਿਣਾ ਚਾਹੋਗੇ ਇਸ ਮਸਲੇ ਤੇ ਦੇਖੋ ਸਮਾਜ ਦੀ ਚਾਲ ਹੈ ਜੀ ਇਹ ਹੁਣ ਲੋਕਾਂ ਨੂੰ ਲੱਗ ਰਿਹਾ ਕਿ ਸਭ ਕੁਝ ਕੈਨੇਡਾ ਜੀ ਹੈ ਤੋਂ ਉਧਰ ਨੂੰ ਭੱਜ ਰਹੇ ਨੇ ਠੀਕ ਹੈ ਜੀ ਤੇ ਬਧੀਆ ਗੱਲ ਆ ਮੈਂ ਤਾਂ ਕਹੂੰਗਾ ਕਿ ਕਿਸਮਤ ਵਾਲੇ ਹੋਣ ਵੀ ਇਹਨਾਂ ਨੂੰ ਸਭ ਕੁਝ ਮਿਲ ਜੇ ਜੀ ਠੀਕ ਹੈ ਜੀ ਜਿਹੜਾ ਕੁਝ ਇਹ ਸੋਚ ਕੇ ਜਾ ਰਹੇ ਨੇ ਉਹਨਾਂ ਨੂੰ ਮਿਲ ਜੇ ਹੂੰ ਤਾਂ ਆਪਾਂ ਜਿਹੜਾ ਤੁਹਾਡਾ ਇਹ ਬੈਂਗਣਾ ਵਾਲਾ ਜਿਹੜਾ ਪਲੋਟ ਆ ਇਹਨੂੰ ਦੇਖਦੇ ਪਏ ਆ ਥੋੜਾ ਵੱਖਰੇ ਜੇ ਤਰੀਕੇ ਦਾ ਵੀ ਚੌਕਤਾ ਆ ਜਿਹਾ ਬਣਿਆ ਹੋਇਆ ਇੱਕ ਹਾਂ ਜੀ ਹੈਨਾ ਚੌਕਤੇ ਦੇ ਚਾਰੇ ਪਾਸੇ ਤੁਸੀਂ ਬੈਂਗਲ ਲਾ ਰੱਖਿਆ ਵਿਚਾਲੇ ਇੱਕ ਕੋਈ ਦਰਖਤ ਲਾ ਰੱਖਿਆ ਤੇ ਤੁਸੀਂ ਜਿਵੇਂ ਦੱਸਿਆ ਵੀ ਸਾਈਡਾਂ ਤੇ ਵੀ ਇਹਦੇ ਤੇ ਦਰਖਤ ਲੱਗੇ ਆ ਜਿਵੇਂ ਉਹ ਸਾਹਮਣੇ ਦੇਖ ਰਿਹਾ ਅਮਰੂਦ ਲੱਗਿਆ ਹੋਇਆ ਹਨ ਤੇ ਵਿੱਚ ਮਲਚਿੰਗ ਕੀਤੀ ਆ ਤੇ ਆਲੂ ਵੀ ਟਰਾਈ ਕੀਤੇ ਸੀ ਤਾਂ ਇਹ ਮਾੜਾ ਜਿਹਾ ਦੱਸੋ ਵੀ ਇਹ ਹਿਸਾਬ ਕਿਤਾਬ ਕੀ ਆ ਵੀ ਸਿੱਧਾ ਹੀ ਬੈਂਗਣ ਕਿਉਂ ਨਹੀਂ ਲਾਏ ਇਹ ਮੈਨੂੰ ਇਹ ਨਹੀਂ ਪਤਾ ਇਹ ਡਿਜ਼ਾਈਨਿੰਗ ਕਿਵੇਂ ਹੋਗੀ ਪਰ ਇਹਦੇ ਵਿੱਚ ਇਹ ਆ ਕਿ ਇਹ ਸਾਡੇ ਇਹ ਚੌਕਟੇ 16 ਬਾਈ 16 ਦੇ ਨੇ ਤੇ ਤਿੰਨ ਲਾਈਨਾਂ ਨੇ ਇਹਦੀਆਂ ਜੀ ਇਹਦੇ ਵਿੱਚ ਇਹ ਕਰੀਬ 12 ਚੌਕਟੇ ਨੇ ਜੀ 11 ਦਾ 16 ਵਾ 16 ਦੇ ਨੇ ਜਿਹੜੇ ਲਾਸਟ ਦੇ ਦੋ ਇੱਕ ਚੌਕ ਡਾਗਾ ਉਹ ਛੋਟਾ ਹੈਗਾ ਥੋੜਾ ਜਿਹਾ ਅੱਛਾ ਜਿੰਨੇ ਜਗਾ ਘਟ ਗਈ ਆਪਣੇ ਮਾਹਲ ਦੀ ਹੂੰ ਹੂੰ ਸੋ 12ਵਾਂ ਮੰਨ ਲੋ ਇਹ ਚ ਤੇ ਧਾਂ ਬਿੱਗਾ ਕਾ ਇਹ ਕਰੀਬ ਬਿੱਗਾ ਕੀ ਹੋਊਗਾ ਮਾਲ ਦੋ ਕਨਾਲਾਂ ਦੇ ਦੋ ਕਨਾਲਾਂ ਦੇ ਆਸੇ ਪਾਸੇ ਹਾਂ ਆਸੇ ਪਾਸੇ ਜੀ ਠੀਕ ਹੈ ਜੀ ਕਾਟੀ ਹੋਊਗਾ ਦੋ ਤੋਂ ਵੀ ਹੂੰ ਤੇ ਇਹਦੇ ਵਿੱਚ ਫਿਰ ਅਸੀਂ ਇਹਦੇ ਇਹਨੂੰ ਜਿਹੜਾ ਮਾਡਲ ਬਣਾ ਰਹੇ ਆ ਇਹਦੇ ਵਿੱਚ ਹੁਣ ਫਰੂਟਸ ਤੇ ਸਬਜ਼ੀਆਂ ਠੀਕ ਹੈ ਜੀ ਦੋ ਚੀਜ਼ਾਂ ਦਾ ਉਹ ਕਰ ਰਿਹਾ ਮੈਂ ਹੂੰ ਇਹ ਐਕਸਪੈਰੀਮੈਂਟਲੀ ਹੈਰੇ ਐਕਸਪੈਰੀਮੈਂਟ ਦੇ ਤੌਰ ਤੇ ਅਸੀਂ ਇਹਦੇ ਵਿੱਚ ਦ ਬੈਸ ਦਾ ਦਰਖਤ ਲਾਏ ਹੋ ਨੇ ਜਿਵੇਂ ਇਹ ਇੱਕ ਚੌਕਟੇ ਦੇ ਵਿੱਚ ਸਵੰਜਨਾ ਸੈਂਟਰ ਚ ਹੂੰ ਸਵੰਜਨ ਦੇ ਚਾਰੇ ਹੁੰਜਾਂ ਤੇ ਅਮਰੂਦ ਹੈ ਜੀ ਅਮਰੂਦ ਹੈ ਜਿਹੜਾ ਇਹ ਤੋਂ ਅਗਲਾ ਚੌਕਟ ਹੈ ਹੂੰ ਉਹਦੇ ਚਾਰੇ ਪਾਸੇ ਕੁਝ ਨਹੀਂ ਸੈਂਟਰ ਚ ਨਿੰਬੂ ਹੈ ਨਿੰਬੂ ਆ ਠੀਕ ਹੈ ਇਹਦੇ ਨਾਲ ਵਾਲੇ ਜੀ ਵੀ ਉਧਰ ਨਿੰਬੂ ਹੈ ਹੂੰ ਸੋ ਇੱਕ ਸਪੇਸਿੰਗ ਤੁਸੀਂ ਜਦੋਂ ਇਹਨੂੰ ਤੁਸੀਂ ਕਾਗਜ਼ ਤੇ ਜਾਂ ਜਦੋਂ ਅਸੀਂ ਬੈਂਕਣ ਨਹੀਂ ਹੋਣਗੇ ਕੱਲਿਓ ਉਹ ਬੂਟੇ ਹੋ ਦੇਖੋਗੇ ਤੁਸੀਂ ਤਾਂ ਤੁਹਾਨੂੰ ਦਿਸੂਗੀ ਵੀ ਸਾਰਿਆਂ ਦੀ ਸਪੇਸਿੰਗ ਇੱਕ ਨਾ ਉਹ ਬਣ ਗਈ ਹੂੰ ਹੁਣ ਇਹ ਤੁਸੀਂ ਜਿਹੜਾ ਐਕਸਪਲੇਨ ਕੀਤਾ ਹਾਂਜੀ ਜਿਹੜੇ ਤਾਂ ਆਪਾਂ ਨੂੰ ਜਾਣਦੇ ਆ ਲੋਕ ਇਸ ਮਸਲੇ ਦੀ ਸਮਝ ਰੱਖਦੇ ਆ ਉਹ ਤਾਂ ਕੁਝ ਨਹੀਂ ਕਹਿਣਗੇ ਉਹਨਾਂ ਨੂੰ ਤਾਂ ਇਹ ਸਮਝ ਆਉਂਦੀ ਆ ਮਨਜ਼ੂਰ ਆ ਤੇ ਜਿਹੜੇ ਅੱਜ ਨਵੀਂ ਦੇਖਣਗੇ ਵੀਡੀਓ ਨਵੇਂ ਲੋਕ ਦੇਖਣਗੇ ਉਹਨਾਂ ਨੇ ਕਹਿਣਾ ਇਹ ਯੱਬ ਨੂੰ ਕਿਉਂ ਫੜਿਆ ਹੋਇਆ ਤੇ ਇਹ ਯੱਬ ਜਾਂ ਕਿਉਂ ਪਾਇਆ ਹੋਇਆ ਬਾਈ ਨੇ ਵੀ ਸਬਜ਼ੀਆਂ ਬੈਂਗਣ ਦਰਾਖਤ ਫਰੂਟ ਇਹ ਯਾਰ ਵੇਚਨੇ ਕਿੱਥੇ ਆ ਤੇ ਕਰਨਾ ਕੀ ਹੈ ਇਹਨਾਂ ਦਾ ਟਰੱਕ ਭਰ ਕੇ ਕਿੱਥੇ ਭੇਜੋਗੇ ਦੇਖੋ ਮੈਂ ਉਹ ਇੱਕ ਜਣਾ ਜਿਹੜੀ ਆਰਗੈਨਿਕ ਵਾਲੇ ਬਹੁਤ ਸਾਰੇ ਕਿਸਾਨਾਂ ਨੂੰ ਇੱਕ ਪ੍ਰੋਬਲਮ ਆ ਨਮਾਗੀ ਹਮ ਕਿ ਜੀ ਮੈਂ ਬੈਂਗਣ ਲਾ ਲੇ ਮੈਂ ਤਾਂ ਹੁਣ ਇਹਦਾ ਭੜਥਾ ਬਣਾ ਕੇ ਹੀ ਵੇਚੂਗਾ ਤੇ ਵੱਧ ਪੈਸੇ ਲਊਗਾ ਹਮ ਠੀਕ ਹੈ ਜੀ ਮੈਂ ਉਸ ਮਾਰੀ ਤੋਂ ਸ਼ਾਇਦ ਪਹਿਲੇ ਦਿਨ ਹੀ ਮੁਕਤ ਸੀ ਤੇ ਅੱਜ ਵੀ ਮੁਕਤ ਆ ਮੇਰਾ ਸਾਰਾ ਮਾਲ बैंगन 99.9% ਆ ਜਿਹੜੇ ਆ ਇੱਕ ਟੋਕਰੀ ਅਜਬ ਤੋੜਨੀ ਜਿਹੜੀ ਕੱਲ ਨੂੰ ਦੁਕਾਨ ਤੇ ਜਾਣੀ ਆ ਬਾਕੀ ਸਾਰਾ ਮੇਰਾ बैंगन बैंगਣੀ ਠੀਕ ਹੈ ਜਿੰਨਾ ਇਹ ਟੋਟਲ ਮੰਡੀ ਚ ਗਿਆ ਆਮਸਫੇਰੀ ਸਬਜ਼ੀ ਮੰਡੀ ਜੀ ਪੋਲੀ ਤੇ ਵਿਕਿਆ ਤੇ ਮੈਨੂੰ ਇਹ ਦੱਸੋ ਵੀ ਵਿੱਗਿਆ ਵਿੱਗਿਆ ਥਾਂ ਤੁਸੀਂ ਦੱਸਿਆ ਵਿੱਗੇ ਤੋਂ ਘੱਟ ਹੀ ਆ ਪੂਰਾ ਡੇਢ ਪੌਣੇ ਦੋ ਕਨਾਲ ਥਾ ਤੇ ਮੈਂ ਸੁਣਿਆ ਤੁਸੀਂ बैंगਣੇ ਤੋਂ ਬਾਵਾ ਵੇਚਦੇ ਆ ਇਹਦੇ ਚੋਂ ਕਰੀਬ ਹੁਣ ਤੱਕ 30 ਤੋਂ 35000 ਦੇ बैंगन ਵਿਕ ਚੁੱਕੇ ਨੇ ਵਿੱਗੇ ਚ ਇਸ ਜਗ੍ਹਾ ਚੋਂ ਅੱਛਾ ਬਿੱਗਾ ਸਾਰਾ ਬੈਂਗਣਾ ਥੱਲੇ ਹੈ ਵੀ ਨਹੀਂ ਸਾਰਾ ਹੈ ਨਹੀਂ ਕੋਕੋ ਵਿੱਚ ਇੱਥੇ ਸਬਜ਼ੀਆਂ ਅੱਗੇ ਲਸਣ ਵੀ ਹੈਗਾ ਕਈ ਮਤਲਬ ਮਿਲਣਾ 6 ਚੌਕ ਪੈਂਚ ਅਸੀਂ ਲਸਣ ਲਾਏ ਹੋਏ ਤੇ ਮੈਂ ਇਹ ਹੁਣ ਬੈਂਗਣ ਜਿਹੜੇ ਹੈਗੇ ਉਤਰਨੇ ਹੁਣ ਘਟੇ ਪਿਆ ਠੰਡ ਕਰਕੇ ਤੇ ਕਿੰਨਾ ਧਿਰ ਹੋ ਗਿਆ ਘਟੇ ਹੋਇਆਂ ਨੂੰ ਇਹ ਪਿਛਲੇ 15 ਦਿਨਾਂ ਦੀ ਜਦੋਂ ਜਿਆਦਾ ਠੰਡ ਪੈਣ ਲੱਗੀ ਉਦੋਂ ਦੇ ਘਟੇ ਨੇ ਉਦੋਂ ਦੇ ਘਟੇ ਹਨ ਹਾਂ ਉਹ ਇਹ ਹੁਣ ਅਗਲੇ 15 ਮਤਲਬ ਅੱਜ ਤੋਂ 15 ਦਿਨ ਪਹਿਲਾਂ ਤੱਕ ਤੁਸੀਂ 30 35000 ਦੇ ਬੈਂਗਣ ਸੇਲ ਕਰ ਚੁੱਕੇ ਹੋ ਚੁੱਕੇ ਹਾਂ ਕਰੀਬ ਡੇਢ ਮਹੀਨੇ ਦੇ ਅੰਦਰ ਡੇਢ ਮਹੀਨੇ ਡੇਢ ਪੌਣੇ 2 2 ਮਹੀਨੇ ਲਾ ਲਓ ਡੇਢ ਤੋਂ 2 ਮਹੀਨੇ ਦੇ ਅੰਦਰ ਹੀ ਇਹ ਫਸਲ ਚੱਲੀ ਆ ਤੇ ਹੁਣ ਜਿਵੇਂ ਹੀ ਦਿਨ ਖੁੱਲਣਗੇ ਲੋਹੜੀ ਤੋਂ ਬਾਅਦ ਇਹ ਬੈਂਗਣ ਫੇਰ ਫੇਰ ਇਹ ਜਿਹੜਾ ਫਲ ਬੱਲੇ ਬੱਲੇ ਕਰਾਉਣਗੇ ਫੁੱਲ ਨੇ ਇਹਨਾਂ ਨੇ ਫੇਰ ਡਰਪ ਹੋ ਜਾਣਾ ਤੇ ਇਹਦਾ ਮਤਲਬ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਇਹ ਜਿਹੜੇ ਬੂਟੇ ਗੇਂਤੀ ਦੇ ਬੂਟੇ ਆਪਣੇ ਇੱਕ ਚੌਕਤੇ ਤੇ ਕਿੰਨੇ ਤੁਸੀਂ ਲਾ ਲਈ 20 ਬੂਟੇ ਨੇ ਇੱਕ ਚੌਕਤੇ ਤੇ 20 ਬੂਟੇ ਤੇ 12 ਚੌਕਟੇ ਆ 36 ਚੌਕਟੇ ਹੋ ਗਏ 36 ਇੱਕ ਲਾਈਨ ਚ 12 ਤਾਂ 36 ਚੌਕਟੇ ਆ 720 ਬੂਟੇ 720 ਬੂਟੇ ਆ 720 ਬੂਟਿਆਂ ਤੋਂ 35000 ਦੇ ਮੰਗਣ ਅਸੀਂ ਵੇਚੀ ਬੈਠੇ ਆ ਇੱਕ ਇੱਕ ਚ 20 ਨੇ ਹਾਂ 240 ਹੋ ਗਏ ਇੱਕ ਚ ਹਾਂ ਤਿੰਨ ਲਾਈਨਾਂ ਚ 720 ਹੋ ਗਏ 720 ਹਾਂ ਹਾਂ 720 ਹੋ ਗਏ ਤਾਂ 720 ਬੂਟਿਆਂ ਤੋਂ 35000 ਦੇ ਮੰਗਣ ਵੇਚ ਚੁੱਕੇ ਤੇ ਜੇ ਮੈਂ ਅੰਦਾਜ਼ਾ ਲਾਵਾਂ ਤਾਂ ਭਾਈ 35000 ਦੇ ਤਾਂ ਹੋਰ ਵੀ ਕਿਧਰੇ ਨਹੀਂ ਗਏ ਹੁਣ ਇਹਨਾਂ ਨੇ ਸਮਝ ਲਓ ਤੁਸੀਂ ਫਰਵਰੀ ਆਉਣ ਤੋਂ ਪਹਿਲਾਂ ਪਹਿਲਾਂ ਲੋਹੜੀ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਚੱਲ ਪੈਣਾ ਤਾਂ ਚੱਲ ਪੈਣਾ ਠੀਕ ਹੈ ਜੀ ਇਹਦਾ ਮਤਲਬ ਆ ਵੀ 35000 ਦੇ ਹੋਰ ਕਿਧਰੇ ਨਹੀਂ ਗਏ ਨਹੀਂ ਕਿਉਂਕਿ ਇਹੇ ਚੱਲਣਗੇ ਮੰਨ ਕੇ ਚਲੋ ਮਈ ਤੱਕ ਅਪ੍ਰੈਲ ਜਦੋਂ ਕਣਕਾ ਪੱਕਣ ਲੱਗਿਆ ਫਿਰ ਤੇ ਸੁੰਡੀ ਦਾ ਅਟੈਕ ਹੋਣਾ ਹਾਂ ਠੀਕ ਹੈ ਜੀ ਸੁੰਡੀ ਦਾ ਅਟੈਕ ਹੋਣਾ ਹੂੰ ਤੇ ਉਹ ਇਹ 3-4 ਮਹੀਨਿਆਂ ਦੇ ਵਿੱਚ 35000 ਤੱਕ ਹੋ ਤਾਂ ਬਹੁਤ ਅੱਗੇ ਜਾਣਾ ਇਹ ਲੱਖ ਤੱਕ ਚ ਪਹੁੰਚ ਸਕਦੀ ਹੈ ਵੀ ਮਾ ਲੋ ਡੇਢ ਕਨਾਲ ਪੌਣੇ 2 ਕਨਾਲਾਂ ਚੋਂ 1 ਲੱਖ ਦਾ ਤੁਸੀਂ ਕਨਾਲਾਂ ਦੀ ਬਜਾਏ ਵੀ ਤੁਸੀਂ ਇਹ ਦੇਖੋ ਨਾ 720 ਬੂਟੇ ਆ ਸਾਡੇ 720 ਬੂਟੇ ਆ 720 ਬੂਟੇ ਲੱਖ ਰੁਪਏ ਦੀ ਪ੍ਰੋਡਕਸ਼ਨ ਦੇਣ ਦਾ ਪ੍ਰੋਗਰਾਮ ਬਣ ਚੁੱਕਿਆ ਔਰ ਉਸ ਤੋਂ ਬਾਅਦ ਵੀ ਜਿਹੜਾ ਸਾਡਾ ਮਤਲਬ ਹੁਣ ਦੇਖੋ ਹੋਣਾ ਕੀ ਆ ਉਹ ਕੁਦਰਤ ਨੂੰ ਮਾ ਹੂੰ ਜੋ ਇਹਦਾ ਮੈਂ ਇਹ ਸੋਚਿਆ ਹੈ ਵੀ ਜਿਸ ਦਿਨ ਇਹਨੂੰ ਸੁੰਡੀ ਪੈਣੀ ਆ April May ਜਾ ਕੇ ਅਸੀਂ ਇਹਨੂੰ ਥੱਲਿਓਂ ਵੜਦਨੇ ਆ ਬੂਟੇ ਹੂੰ ਫੁੱਟ ਫੁੱਟ ਥਾਂ ਛੱਡ ਕੇ ਨਾ ਹੂੰ ਕਲੀਆਂ ਟਾਹਣੀਆਂ ਛੱਡਾਂਗੇ ਸਾਰੇ ਬੂਟੇ ਵੱਢ ਕੇ ਇਹਦੇ ਸਾਰਾ ਜਿੰਨਾ ਸਮਾਨ ਆ ਉਹ ਮਲਚਿੰਗ ਹੂੰ ਇਹਦੇ ਵਿੱਚ ਛੱਡ ਦਾਂਗੇ ਜੀ ਠੀਕ ਆ ਜੀ ਖਾਦ ਦੇ ਰੂਪ ਚ ਹੂੰ ਤੇ ਇਹ ਬੂਟੇ ਦੁਬਾਰਾ ਫਟਾਰਾ ਕਰਨਗੇ ਇਹਨਾਂ ਨੇ ਫਿਰ ਜਾ ਕੇ ਡੇਢ ਕਿ ਮਹੀਨੇ ਬਾਅਦ ਕਿਉਂਕਿ ਜੜ ਬਹੁਤ ਡਵੈਲਪ ਹੋਈ ਹੋਈ ਐ ਫਿਰ ਇਹਨੇ ਡੇਢ ਕਿ ਮਹੀਨੇ ਚ ਫਿਰ ਦੁਬਾਰਾ ਨਵੇਂ ਬੂਟੇ ਵੀ ਨਹੀਂ ਲਾਉਣੇ ਨਵੇਂ ਬੂਟੇ ਵੀ ਲਾਉਣੇ ਇਹਨੂੰ ਇਹ ਦੇਖਣਾ ਹੀ ਐ ਇਹ ਵੀ ਕਿੰਨੇ ਸਾਲ ਚੱਲਣਗੇ 3 ਮਹੀਨੇ ਚੱਲਣਗੇ ਸਾਲ ਚੱਲਣਗੇ 5 ਸਾਲ ਚੱਲਣਗੇ ਇਹਨਾਂ ਦਾ ਇਹੀ ਦੇਖਣਾ ਜੀ ਜੀ ਹੋਰ ਵੀ ਗੱਲ ਸਮਝਣ ਵਾਲੀ ਐ ਕਿ ਅਸੀਂ ਇੱਕ ਵਾਰੀ ਇਹ ਚੌਕਟੇ ਬਣਾ ਲਏ ਹੁਣ ਇਹਦੇ ਵਿੱਚ ਕਿਉਂਕਿ ਅਸੀਂ ਬੂਟੇ ਲਾਦੇ ਇਹ ਚ ਫਲਦਾ ਵੀ ਐ ਠੀਕ ਐ ਜੀ ਹੁਣ ਇਹਦੇ ਚ ਮੁੜ ਕੇ ਟਰੈਕਟਰ ਨਹੀਂ ਵੜਨਾ ਸਾਡਾ ਇਹ ਚ ਕੰਮ ਕੋਈ ਨਹੀਂ ਹਮ ਅਸੀਂ ਜਿਹੜਾ ਐ ਨਾ ਡਿਜ਼ਾਈਨ ਬਣਾਉਣਾ ਸੀ ਇੱਕ ਵਾਰੀ ਬਣਾਤਾ ਹੁਣ ਤਾਂ ਇਹ ਤੁਸੀਂ 2 ਤੋਂ 3 ਸਾਲ ਦੇ ਵਿੱਚ ਸਬਜ਼ੀ ਕਰ ਲੋਗੇ ਇੰਨੇ ਨੂੰ ਤੁਹਾਡੇ ਜਿਹੜੇ ਅਮਰੂਦ ਲਾਏ ਐ ਇਹ ਚ ਸਾਡੇ ਅਨਾਰ ਲੱਗੇ ਹੋਏ ਨੇ ਨਿੰਬੂ ਲੱਗਿਆ ਹੋਇਆ ਠੀਕ ਹੈ ਜੀ ਉਹਨੇ ਫਰੂਟ ਤੇ ਆ ਜਾਣੇ ਫਰੂਟ ਤੇ ਉਹਦੀ ਫਰੂਟਿੰਗ ਚੱਲੀ ਜਾਊ ਫਿਰ ਉਹਦੇ ਹਿਸਾਬ ਨਾਲ ਅਸੀਂ ਇਹ ਚ ਸਬਜ਼ੀ ਲਾਵਾਂਗੇ ਤਾਂ ਹੁਣ ਮੈਂ ਇਹ ਜਾਣਨਾ ਚਾਹਣਾ ਵੀ ਤੁਸੀਂ ਇਹ ਜਿਹੜੀ ਤੜਾਈ ਕੀਤੀ ਆ ਤੇ ਬਾਕੀ ਉਹ ਫਰੂਟ ਦੀ ਵੀ ਤੜਾਈ ਹੋਣੀ ਆ ਤਾਂ ਤੁਸੀਂ ਕਿਹਾ ਵੀ ਕੱਲ ਨੂੰ ਸਾਡੀ ਦੁਕਾਨ ਲੱਗਣੀ ਆ ਤੇ ਅਸੀਂ ਇਹ ਉੱਤੇ ਸੇਲ ਕਰਨਾ ਤੇ ਕੀ ਹਿਸਾਬ ਕਿਤਾਬ ਆ ਦੁਕਾਨ ਤੇ ਤੁਹਾਡਾ ਹਿਸਾਬ ਕਿਤਾਬ ਮਤਲਬ ਵੀ ਵੀ ਕਿੰਨੇ ਕੁ ਗ્રાਹਕ ਆ ਜਾਂਦੇ ਆ ਆਰਗੈਨਿਕ ਦੀ ਡਿਮਾਂਡ ਕਿੰਨੀ ਕਾ ਤੇ ਜੋ ਤੁਸੀਂ ਕਰਦੇ ਪਏ ਹੋ ਉਹਦੇ ਇਹ ਵਜ ਦੇ ਵਿੱਚ ਸੈਟੀਸਫਾਈ ਹੋ ਮਤਲਬ ਤੁਹਾਨੂੰ ਦੇਖੋ ਸੈਟੀਸਫੈਕਸ਼ਨ ਵਾਲਾ ਤਾਂ ਮਤਲਬ ਮੈਂ ਪਹਿਲਾਂ ਹੀ ਕਹਿ ਦਿੰਨੇ ਆ ਵੀ ਬਹੁਤ ਸੈਟੀਸਫਾਈ ਆ ਹਮ ਠੀਕ ਹੈ ਸੈਟੀਸਫੈਕਸ਼ਨ ਇਹ ਨਹੀਂ ਹੁੰਦੀ ਵੀ ਤੁਸੀਂ ਪੈਸੇ ਕਿੰਨੇ ਕਮਾ ਰਹੇ ਹੋ ਹੋ ਸਕਦਾ ਮੈਂ ਕੈਮੀਕਲ ਨਾਲੋਂ ਘੱਟ ਕਮਾਉਂਦਾ ਹੋਵਾਂ ਹਮ ਜਾਂ ਸ਼ਾਇਦ ਕਿਤੇ ਵੱਧ ਵੀ ਕਮਾਉਂਦਾ ਹੋਵਾਂ ਹਮ ਠੀਕ ਹੈ ਸੈਟੀਸਫੈਕਸ਼ਨ ਹੁੰਦੀ ਹੈ ਵੀ ਤੁਸੀਂ ਆਪਦੇ ਕੰਮ 'ਚ ਖੁਸ਼ ਹੋ ਹਮ ਆਨੰਦ 'ਚ ਮੈਂ ਤਾਂ ਉਹਨੂੰ ਸੈਟੀਸਫੈਕਸ਼ਨ ਮੰਨਦਾ ਜਿਹੜਾ ਬੰਦਾ ਕਰੋੜਾਂ ਰੁਪਇਆ ਕਮਾਉਂਦਾ ਚਾਹੇ ਮਾਨੀਆਂ 'ਚ ਹੈ ਨਾ ਮਾਨੀਆਂ ਹਮ ਐਂਡ ਤਾਂ ਉਹਦਾ ਖੁਸ਼ੀ ਆ ਨਾ ਉਹ ਪੈਸੇ ਕਮਾ ਕੇ ਹੋਣਾ ਤਾਂ ਖੁਸ਼ੀ ਆ ਨਾ ਵੱਡੀ ਕੋਠੀ ਪਾ ਕੇ ਹੋਣਾ ਤਾਂ ਅਸੀਂ ਖੁਸ਼ੀ ਆ ਨਾ ਹਮ ਤੇ ਜੇ ਕੋਈ ਕੁੱਲੀ ਖੁਸ਼ ਹ ਤਾਂ ਉਹ ਵੀ ਖੁਸ਼ ਹੈ ਹਮ ਸੈਟੀਸਫੈਕਸ਼ਨ ਉਹਦੀ ਹੈ ਤੇ ਰਹੀ ਗੱਲ ਦੁਕਾਨ ਤੇ ਦੁਕਾਨ ਤੇ ਅਸੀਂ ਕਈ ਮਤਲਬ ਆਪਣੇ ਹੈਗੇ ਆ 7-8 ਜਣੇ ਆ ਜਿਹੜੇ ਆਉਂਦੇ ਆ ਉਹ ਚੋਂ 3-2-3 ਜਣੇ ਬਹੁਤ ਐਕਟਿਵ ਆ ਜਿਹਨਾਂ ਜਿਆਦਾ ਸਾਮਾਨ ਆਉਦਾਗਾ ਹ ਤੇ ਅਸੀਂ ਇੱਕ ਕੋਆਪਰੇਟਿਵ ਜਿਹਾ ਸਿਸਟਮ ਦੁਕਾਨ ਤੇ ਚਲਾਇਆ ਹੋਇਆ ਸਾਡਾ ਉਹ ਵਧੀਆ ਚੱਲ ਰਿਹਾ ਕੋਈ ਉਹਦੇ ਵਿੱਚ ਸਾਡੇ ਮਤਲਬ ਲਾਲਚਾਲਾ ਤਾਂ ਅਸੀਂ ਉਹ ਕੱਢ ਹੀ ਦਿੱਤਾ ਕੰਪੀਟੀਸ਼ਨ ਵੀ ਕੱਢਤਾ ਉਹ ਚੋਂ ਦੁਕਾਨ ਚੋਂ ਹੂੰ ਤੇ ਮਤਲਬ ਜੇ ਮੰਨ ਲਓ ਮੇਰੇ ਕੋਲੇ ਆਲੂ ਪਏ ਨੇ ਜਾਂ ਮੇਰੇ ਕੋਲ ਪਿਆਜ਼ ਪਏ ਨੇ ਦੂਜੇ ਕਿਸਾਨ ਕੋਲੇ ਹੀ ਪਏ ਨੇ ਤੇ ਬਾਰੀ ਨਾਲ ਵੇਚ ਲੈਂਦੇ ਹਾਂ ਵੀ ਪਹਿਲਾਂ ਦੋਵੇਂ ਚਲਾ ਬਾਈ ਬੱਚੇ ਵਿੱਚ ਨੇ ਹਾਂ ਵਿਖਤਾ ਜਾ ਰਹੀ ਹੈ ਵਿਖਤਾ ਜਾ ਰਹੀ ਹੈ ਠੀਕ ਸੋ ਤੁਸੀਂ ਆਪਣਾ ਕਰਦੇ ਰਹੋ ਕੰਮ ਤੇ ਮੈਂ ਦਰਸ਼ਕਾਂ ਨੂੰ ਮਾੜਾ ਜਾਂ ਹੌਲਾ ਸੰਬੋਧਨ ਸੋ ਦੋਸਤੋ ਬਾਈ ਆਪਣੇ ਕੰਮ ਤੇ ਲੱਗਿਆ ਹੋਇਆ ਠੀਕ ਹੈ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਆ ਸੋਹਣੀ ਪਲੈਨਿੰਗ ਆ ਤੇ ਉਸ ਪਲੈਨਿੰਗ ਦੇ ਸਿਰ ਤੇ ਬਾਈ ਜਿਹੜਾ ਹੈਗਾ 36 ਚੌਕਟਿਆਂ ਦੇ ਉੱਤੇ ਜਿਹੜੇ ਇਹਨਾਂ ਦੇ ਬਾਈ ਦੇ ਲੱਗੇ ਹੋਏ ਹਨ 720 ਬੂਟੇ ਹੋ ਸਕਦਾ ਮਾੜਾ ਮੋਟਾ ਇੱਧਰ ਉੱਧਰ ਹੋ ਜੇ ਹਿਸਾਬ ਕਿਤਾਬ ਉਹ 720 ਤੋਂ ਘਟ ਗਿਆ ਨਾ ਵਧ ਗਿਆ ਨਾ ਤਾਂ 720 ਬੂਟਿਆਂ ਤੋਂ 22 35000 ਦੇ ਬੈਂਗਣ ਦਾ ਸੇਲ ਕਰ ਚੁੱਕਿਆ ਤੇ ਹਜੇ ਲੋੜੀ ਤੋਂ ਬਾਅਦ ਜਦੋਂ ਨਵਾਂ ਫਟਾਰਾ ਆਊਗਾ ਤਾਂ ਇਹਦਾ ਮਤਲਬ ਹੈ ਕਿ 70 80000 ਦੀ ਅਸੀਂ ਜਿਹੜਾ ਹੈਗਾ ਅੰਦਾਜ਼ਾ ਲਾ ਸਕਦੇ ਹਾਂ ਵੀ ਹੋਰ ਪ੍ਰੋਡਕਸ਼ਨ ਇੰਨੇ ਬੂਟਿਆਂ ਤੋਂ ਮਿਲੇਗੀ ਸੋ ਸਮਝਣ ਵਾਲੀ ਗੱਲ ਇਹ ਆ ਕਿ ਜੇ ਬੂਟੇ ਲਾ ਕੇ ਗਿਣਤੀ ਦੇ ਅਸੀਂ ਇਨਾ ਪੈਸਾ ਕਮਾ ਸਕਦੇ ਆ ਤੇ ਫਿਰ ਯਾਰ ਕਿੱਲਿਆਂ ਦੇ ਕਿੱਲੇ ਕਿਸੇ ਫਸਲ ਨਾਲ ਭਰਨ ਦੀ ਲੋੜ ਕੀ ਆ ਤੇ ਲੰਬੀ ਪਲਾਨਿੰਗ ਦੇ ਨਾਲ ਬਾਈ ਚੱਲ ਰਹੇ ਆ ਜਦੋਂ ਇਹਨਾਂ ਚੌਕਟਿਆਂ ਦੇ ਚਾਰੇ ਪਾਸੇ ਤੇ ਸੈਂਟਰ 'ਚ ਲੱਗੇ ਦਰਖਤ ਮੌਲਨ ਲੱਗ ਜਾਣਗੇ ਵੱਡੇ ਹੋ ਜਾਣਗੇ ਤਾਂ ਉਦੋਂ ਜਿਹੜਾ ਹੈਗਾ ਆ ਸਬਜੀ ਜਿੰਨੀ ਕੁ ਹੋਇਆ ਕਰੀਗੀ ਉੰਨੀ ਕੁ ਹੋਇਆ ਕਰੀਗੀ ਤੇ ਫਿਰ ਉਹ ਜਿਹੜੇ ਦਰਖਤਾਂ ਤੋਂ ਪ੍ਰੋਡਕਸ਼ਨ ਆਏਗੀ ਉਸ ਪ੍ਰੋਡਕਸ਼ਨ ਦੇ ਨਾਲ ਜਿਹੜੀ ਹੈਗੀ ਆ ਕਮਾਈ ਹੋਏਗੀ ਸੋ ਇਹ ਸਮਝ ਤੁਹਾਡੇ ਨਾਲ ਸਾਂਝੀ ਕਰਨੀ ਸੀ ਤੇ ਬਾਈ ਜੀ ਦਾ ਕੰਮ ਜਿਹੜਾ ਹੈਗਾ ਤੁਸੀਂ ਦੇਖ ਰਹੇ ਹੋ ਇੱਕ ਚੀਜ਼ ਤੁਹਾਨੂੰ ਦਿਖਾ ਦਿਆਂ ਕਿ ਆਹ ਦੇਖੋ ਆਹ ਜਿਹੜਾ ਚੌਕਟਾ ਹੈਗਾ ਇਹਦੇ ਵਿੱਚ ਬਈ ਗੋਭੀ ਲੱਗੀ ਹੋਈ ਆ ਮੰਜੀ ਹਾਂ ਜੀ ਥੋੜੇ ਅੱਗੇ ਚਲੇ ਜਾ ਉਧਰ ਲਸਣ ਲੱਗਿਆ ਬਹੁਤ ਜ਼ਿਆਦਾ ਇੱਧਰ ਗੋਭੀ ਲੱਗੀ ਹੋਈ ਆ ਦੇਖੋ ਬਹੁਤ ਸੋਹਣੀ ਗੋਭੀ ਆ ਤੇ ਬਈ ਚੌਕਟੇ ਤੇ ਪਾਣੀ ਵੀ ਨਹੀਂ ਚੜਦਾ ਹਨਾ ਇਹਨਾਂ ਤੇ ਚੜਿਆ ਨਹੀਂ ਤਾਂ ਹੀ ਗੋਭੀ ਥੋੜੀ ਘੱਟ ਹੋਈ ਐ ਤੇ ਜਿੰਨਾ ਦਾ ਜ਼ਿਆਦਾ ਲਾਈ ਜੀ ਤੇ ਜਿੱਥੇ ਤੱਕ ਆ ਗਈ ਐ ਸਿੱਲ ਉੱਥੇ ਬੱਲੇ ਬੱਲੇ ਹੋਈ ਪਈ ਆ ਕਿੱਡੇ ਕਿੱਡੇ ਫੁੱਲ ਆ ਤਾਂ ਆਪਾਂ ਅੱਗੇ ਵੀ ਜਾਂਦੇ ਆ ਦੇਖਦੇ ਆ ਭਾਜੀ ਕਹਿੰਦੇ ਆ ਵੀ ਅੱਗੇ ਜਾਓ ਥੋੜਾ ਜਾ ਤੇ ਅੱਗੇ ਲਸਣ ਵੀ ਲੱਗਿਆ ਹੋਇਆ ਸੋ ਬੂਟੇ ਜਿਹੜੇ ਹੈਗੇ ਨਾ ਬਾਈ ਫਸੇ ਪਏ ਆ ਤੇ ਬਾਈ ਨੇ ਇੱਕ ਗੱਲ ਕਹੀ ਸੀ ਆ ਦੇਖੋ ਆ ਲਸਣ ਦੇਖੋ ਮਲਚੰਗਾਲਾ ਲਸਣ ਮੇਰੇ ਨਾਲ ਗੱਲ ਕਰਦੇ ਹੋਏ ਬਾਈ ਨੇ ਇੱਕ ਗੱਲ ਕਹੀ ਸੀ ਕਿ ਭਾਈ ਮੈਂ ਉਹਨਾਂ ਨੂੰ ਕਿਹਾ ਵੀ ਆਹ ਬੈਂਗਣ ਜਿਹੜੇ ਸੁੰਡ-ਸੁੰਡ ਪਾ ਕੇ ਗਲ ਜਾਂਦੇ ਆ ਉਹਦੀ ਰੋਕ ਥਾਮ ਲਈ ਤੁਸੀਂ ਆਪਣਾ ਉਹਨੂੰ ਕੀ ਕਹਿੰਦੇ ਆ ਟਰੈਪ ਲਾ ਲਓ ਤਾਂ ਉਹ ਕਹਿੰਦੇ ਵੀ ਟਰੈਪ ਵਗੈਰਾ ਕੁਝ ਨਹੀਂ ਲਾਉਣਾ ਕੋਈ ਕੀਟ ਕੰਟਰੋਲ ਵਾਲਾ ਆਪਾਂ ਬੰਦੋਬਾਸਤ ਕਹਿੰਦੇ ਕਰਨਾ ਹੀ ਨਹੀਂ ਤਾਂ ਬਾਈ ਦੇ ਖੇਤ ਚ ਨਾ ਆ ਜਿਹੜੇ ਸਾਡੇ ਕੁਦਰਤੀ ਖੇਤੀ ਵਾਲੇ ਕੀਟਨਾਸ਼ਕ ਹੁੰਦੇ ਆ ਉਹ ਵੀ ਨਹੀਂ ਵਰਤੇ ਜਾਂਦੇ ਬਣਾਉਂਦਾ ਹੀ ਨਹੀਂ ਤੇ ਬਾਈ ਦਾ ਨਾ ਇੱਕ ਸਮਝਾ ਹੁੰਦਾ ਕਿ ਭਾਈ ਕੁਝ ਚਿਰ ਕੀੜੇ ਪਾਲਣਗੇ ਸਾਡੇ ਖੇਤ ਚ ਤੇ ਕੁਝ ਚਿਰ ਖੇਤ ਸਾਨੂੰ ਪਾਲੇਗਾ ਆਪਾਂ ਬਾਈ ਨਾਲ ਗੱਲ ਕਰਦੇ ਆ ਇਸ ਮਸਲੇ ਤੇ ਵੀ ਭਾਜੀ ਤੁਹਾਡੇ ਪੱਲੇ ਕਿੰਨੇ ਬੈਂਗਣ ਪੈ ਜਾਂਦੇ ਆ ਤੇ ਕੀੜਿਆਂ ਦੇ ਪੱਲੇ ਕਿੰਨੇ ਪੈ ਜਾਂਦੇ ਆ ਹੁਣ ਸਾਡੇ ਜੀ ਮੈਂ ਅੰਦਾਜ਼ਾ ਲਾਇਆ ਵੀ 20% ਬੈਂਗਣ ਨਾਲ ਜਿਹੜੇ ਖਰਾਬ ਨਿਕਲ ਜਾਂਦੇ ਆ ਜੀ ਉਹਦੇ ਵਿੱਚ ਕੁਝ ਕੀੜਿਆਂ ਦੇ ਹਾਂ ਉਸ ਜਿਵੇਂ ਚੂਹੇ ਵਗੈਰਾ ਨੇ ਜਿਹੜੇ ਥੱਲੇ ਬੈਂਗਣ ਲੱਗਦਾ ਉਹਨੂੰ ਟੁੱਟ ਜਾਂਦੇ ਨੇ ਹੂੰ ਤਾਂ ਮੇਰਾ ਅੰਦਾਜ਼ਾ ਵੀ 20% ਬੈਂਗਣ ਕੋਈ ਕੁਸ ਕਰੇਟਾਂ ਚ ਆਉਂਦੇ ਨੇ ਗਿਣੇ ਜਾਂਦੇ ਨੇ ਕਰੇਟ ਹੂੰ ਤੇ 20% ਬੈਂਗਣ ਨਿਕਲ ਰਹੇ ਆ ਪਰ 20% ਲੋਟ ਆ ਜਿਹੜਾ ਉਹ ਖਰਾਬ ਨਿਕਲਣ ਦੇ ਬਾਵਜੂਦ 35000 ਦੀ ਸੇਅਰ ਆ ਉਹ ਖਰਾਬ ਨਹੀਂ ਜੀ ਉਹ ਮਤਲਬ ਉਹਦਾ ਤੁਸੀਂ ਦੁੱਧ ਬਣਾ ਲਿਆ ਨਾ ਉਹ ਉਹਦਾ ਕੀ ਕਰ ਲਿਆ ਦੁੱਧ ਬਣਾ ਲਿਆ ਉਹ ਕਿਵੇਂ ਉਹ ਮੱਜਾਂ ਨੂੰ ਪਾਏ ਮੱਜਾਂ ਬੈਂਗਣ ਕਿਵੇਂ ਖਾ ਲੈਣਗੇ ਮੈਂ ਕਹਿੰਦਾ ਮੱਜਾਂ ਤੁਸੀਂ ਬੈਂਗਣ ਪਾ ਦੋ ਹਰੇ ਕਿ ਨਹੀਂ ਜਾਗਦੀਆਂ ਨਹੀਂ ਬਾਈ ਉਹ ਤੇਰੇ ਖਾ ਗਈਆਂ ਮੈਂ ਹੀ ਨਹੀਂ ਮੈਨੂੰ ਪਤਾ ਕਿਉਂਕਿ ਤੇਰੇ ਬੈਂਗਣਾ ਬਾਈ ਕੁਦਰਤੀ ਖੇਤੀ ਵਾਲੇ ਜਿਹੜੀ ਮੱਧ ਨੂੰ ਪਾ ਦਿਆਂ ਦੂਜੀ ਸੰਗਲ ਤੜਾਉਣ ਤੱਕ ਜਾਂਦੀ ਇਹ ਮੈਨੂੰ ਕੋਈ ਨਹੀਂ ਪਤਾ ਹੁਣ ਆਪਣੇ ਬੈਂਗਣ ਤੇ ਦੂਜੇ ਬੈਂਗਣਾਂ 'ਚ ਫਰਕ ਬਹੁਤ ਆ ਤਾਂ ਹੁਣ ਤੁਸੀਂ ਐਂ ਕਰਿਓ ਉਹ ਜਿਹੜੇ ਕੈਮੀਕਲ ਖੇਤੀ ਵਾਲੇ ਕਿਤੇ ਬੈਂਗਣ ਹੋਏ ਉਹ ਵੀ ਵੱਢ ਕੇ ਪਾ ਕੇ ਦੇਖ ਤਾਂ ਤੁਸੀਂ ਦੱਸੋ ਇਹ ਮੜਾ ਕੀ ਹੋਇਆ ਸੀ ਕਿਵੇਂ ਜੀ ਅਬ ਮੱਜਾਂ ਨੂੰ ਜਦੋਂ ਪਾਏ ਆਪਾਂ ਅਸੀਂ ਪਹਿਲਾਂ ਨਾ ਵਿੱਚ ਪਾਏ ਵੀ ਨਹੀਂ ਤੁਸੀਂ ਦੇਖਿਓਗੇ ਮੈਂ ਲੇਬਰ ਨੂੰ ਕਿਹਾ ਸੀ ਵੀ ਤੁਸੀਂ ਜਦੋਂ ਬੈਂਕਣ ਤੋੜਦੇ ਹੋ ਜਿਹੜਾ ਕਾਣਾ ਆਉਂਦਾ ਉਹਨੂੰ ਉੱਥੇ ਸਿੱਟ ਦਿਓ ਅੱਛਾ ਵੀ ਆਪਾਂ ਉਹ ਕਰਾਉਣਾ ਕੀ ਆ ਉਹ ਗਲ ਜੂਗਾ ਉੱਥੇ ਰੇ ਬਣ ਜੂ ਚਲੋ ਆਪਾਂ ਦਾ ਮਸਲਾ ਉਹਦਾ ਪਰ ਨੁਕਸਾਨ ਕੋਈ ਨਹੀਂ ਹੂੰ ਉਹ ਇੱਕ ਦਿਨ ਥੋੜੇ ਜੇ ਪੈਸੇ ਸੀ ਮੈਂ ਚੱਕ ਕੇ ਕਿਸੇ ਮੱਜਮੂਰੇ ਸਿੜ ਤੇ ਹੂੰ ਤੇ ਉਹ ਤਾਂ ਜੀ ਉਹ ਖਾ ਗਈ ਚੱਪ ਕੇ ਨਾਲ ਦੀ ਨਾਲ ਹੀ ਹੂੰ ਉਦਵਾ ਮੈਂ ਲੇਵਨ ਨੂੰ ਕਹਤਾ ਮੈਂ ਸਾਰੇ ਵੰਗਣ ਘਰੇ ਲਿਆਉ ਉਹ ਇੱਥੇ ਸ਼ਾਂਤੀ ਕਰਾਂਗੇ ਹੂੰ ਉਹ ਜਿੰਨੇ ਦੋ ਟੋਕਰੇ ਨਿਕਲਦੇ ਆ ਹੂੰ ਉਹਨਾਂ ਨੂੰ ਮਾੜਾ ਮਾੜਾ ਟੱਕ ਕੇ ਜੇ ਨਹੀਂ ਵੀ ਟੱਕ ਕੇ ਪਾਉਂਗਾ ਤਾਂ ਵੀ ਖਾ ਜਾਣਗੇ ਮਤਲਬ ਆਹ ਡੰਡੀਆਂ ਵੀ ਨਹੀਂ ਛੱਡਦੀਆਂ ਉਹ ਅੱਛਾ ਅਸੀਂ ਹਾਂ ਮਾੜਾ ਮਿੰਟ 10 ਵੀ ਨਹੀਂ ਲੱਗਦੇ ਦੋ ਟੋਕਰੇ ਨੂੰ ਮਾੜਾ ਮਾੜਾ ਕਰਦ ਨਾਲ ਟੱਕ ਦਿੰਨੇ ਆ ਹੂੰ ਉਹ ਤਾਂ ਸਭ ਛਕ ਜਾਂਦੇ ਤੇ ਦੁੱਧ ਦਾ ਰੰਗ ਫਿਰ ਬੈਂਗਣੀ ਹੀ ਤਾਂ ਨਹੀਂ ਹੋ ਗਿਆ ਨਹੀਂ ਦੁੱਧ ਦਾ ਰੰਗ ਨਹੀਂ ਬੈਂਗਣੀ ਹੋਇਆ ਪਰ ਇੱਕ ਇਹਦਾ ਦੇਖਣਾ ਪੈਣਾ ਸਾਨੂੰ ਹੂੰ ਗਰਮ ਬਹੁਤ ਹੁੰਦਾ ਵੰਗਣ ਹਾਂ ਆਇਰਨ ਬਹੁਤ ਹੁੰਦਾ ਇਹ ਜਿਹੜਾ ਪਸ਼ੂ ਆਸ ਹੋਇਆ ਹੋਇਆ ਉਹਨੂੰ ਨਹੀਂ ਤਿੰਨ ਚਾਰ ਮਹੀਨੇ ਪੰਜ ਮਹੀਨੇ ਤੱਕ ਉਹਨੂੰ ਨਾ ਪਾਓ ਉਹਨੂੰ ਨਾ ਪਾਓ ਤੇ ਵੈਸੇ ਵੀ ਬੈਂਗਣ ਨਹੀਂ ਹੁੰਦੀ ਬੋਲਦੀ ਨਹੀਂ ਉਹਨੂੰ ਪਾਓ ਬੈਂਗਣ ਖਿਲਾਓ ਆਸ ਕਰਾਓ ਤਾਂ ਭਾਈ ਬੈਂਗਣਾਂ ਦੇ ਵਿੱਚ ਆਇਰਨ ਬਹੁਤ ਭਰਪੂਰ ਮਾਤਰਾ ਚ ਪਾਇਆ ਜਾਂਦਾ ਤੇ ਇਹਦਾ ਮਤਲਬ ਤੁਹਾਡੇ ਵਾਲੇ ਪਸ਼ੂਆਂ ਦੇ ਦੁੱਧ ਚ ਵੀ ਆਇਰਨ ਵਾਧੂ ਆ ਗਿਆ ਹੋਗਾ ਜੋ ਉਹਨਾਂ ਨੇ ਖਾਣਾ ਉਹੀ ਉਹਨਾਂ ਨੇ ਪਾਉਂ ਦੇਣਾ ਅੱਗੇ ਠੀਕ ਸੋ ਭਾਈ ਗੱਲਾਂ ਤਾਂ ਹੋਰ ਵੀ ਬਹੁਤ ਆ ਪਰ ਤੁਹਾਡੇ ਕੋਲੇ ਟਾਈਮ ਨਹੀਂ ਹੁੰਦਾ ਸਾਰੀ ਗੱਲ ਸੁਣਨ ਦਾ ਅਸੀਂ ਹੋਣ ਲੈਂਦੇ ਆ ਤੁਹਾਡੇ ਤੋਂ ਅੱਗੇ ਜੇ ਇਹ ਗੱਲਬਾਤ ਤੁਹਾਨੂੰ ਲੱਗੀ ਹੋਵੇ ਚੰਗੀ ਤਾਂ ਇਹਨੂੰ ਕਰਿਓ ਵੱਧ ਤੋਂ ਵੱਧ ਲਾਈਕ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਜਿਹੜਾ ਆਪਣਾ ਚੈਨਲ ਆ ਨਾ ਇਹਨੂੰ ਸਬਸਕ੍ਰਾਈਬ ਕਰ ਲਿਓ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਰੋਜ਼ ਢੇੜਾ ਮਾਰਿਆ ਕਰੋ ਇੱਥੇ ਉਈ ਦਾ ਆਉਂਦੇ ਹੀ ਨਹੀਂ ਮਾਰੋ ਪੁੱਤੋ ਕੀ ਫਾਇਦਾ ਫਿਰ ਇਹ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਇਸ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦਾ ਆਇਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲੇ ਫੇਸਬੁੱਕ ਪੇਜ ਨਾਲ ਵੀ ਚੰਗੀ ਤਰ੍ਹਾਂ ਜੁੜੇ ਰਹੋ ਉਹਨੂੰ ਫੋਲੋ ਕਰੋ ਲਾਈਕ ਕਰੋ ਰეკਮੈਂਡ ਕਰੋ ਸ਼ੇਅਰ ਕਰੋ ਧੰਨਵਾਦ ਸਤਿ ਸ੍ਰੀ ਅਕਾਲ